ਅਸਲਾਮ ਵਾਲੇਕਮ ਜੀ ਸੋਹਣਿਓ, ਅੱਜ ਇੱਕ ਦੁਖਿਆਰੀ ਮਾਂ ਦਾ ਸੀਨ ਮੈਂ ਤੁਹਾਡੇ ਸਾਹਮਣੇ ਲੈ ਕੇ ਆਇਆ ਜਿਹਦੇ 'ਤੇ ਗੱਲ ਕਰਨੀ ਹੈ ਅਤੇ ਉਹ ਸੀਨ ਅਸੀਂ ਰਲ ਕੇ ਵੇਖਣਾ ਵੀ। ਮਲਕਾ ਜਜ਼ਬਾਤ ਸਲਮਾ ਮੁਮਤਾਜ਼ ਸਾਹਿਬਾ ਦਾ ਸੀਨ ਹੈ। ਕੀ ਖੂਬਸੂਰਤ ਫਿਲਮ ਹੈ, ਐਸੀ ਸਦਾ ਬਹਾਰ ਅਤੇ ਸਬਕ ਅਮੂਜ਼ ਕਹਾਣੀ। ਮੈਂ ਕਹਿੰਦਾ ਘੱਟ ਹੀ ਇਹੋ ਜਿਹੀਆਂ ਕਹਾਣੀਆਂ ਅਤੇ ਫਿਲਮਾਂ ਬਣੀਆਂ ਹੁੰਦੀਆਂ। ਇੱਕ ਮਾਂ ਦਾ, ਚੰਗੀ ਮਾਂ ਦਾ ਅਤੇ ਵਿਗੜੇ ਪੁੱਤਰ ਦੀ ਕਹਾਣੀ ਹੈ। ਐਸਾ ਸੀਨ ਕਿ ਤੁਹਾਨੂੰ ਯਕੀਨ ਮੰਨੋ ਰੁਲਾ ਦੇਗਾ ਯਾਰ। ਆਓ ਸੋਹਣਿਓ, ਉੱਤੇ ਗੱਲਬਾਤ ਕਰਨੇ ਆ ਅਤੇ ਕਿਹੜੀ ਫਿਲਮ ਹੈ, ਕਿਹੜੇ ਸੰਨ ਵਿੱਚ ਆਈ, ਕਿਹੜੇ ਕਿਹੜੇ ਅਦਾਕਾਰਾਂ ਨੇ ਕੰਮ ਕੀਤਾ, ਆਖਰ ਉਹ ਸੀਨ ਜਿਹੜਾ ਹੈ ਨਾ ਦੁਖਿਆਰੀ ਕਿਉਂ, ਦੁਖੀ ਕਿਉਂ, ਉਹ ਮਾਂ ਕਦ ਤੋਂ ਦੁਖੀ ਹੋਣ ਡਈ। ਪੂਰੀ ਗੱਲਬਾਤ ਤੁਸੀਂ ਸੁਣੋਗੇ ਤਾਂ ਫਿਰ ਸਵਾਦ ਆਏਗਾ, ਤੁਹਾਨੂੰ ਪਤਾ ਲੱਗੇਗਾ ਕਿ ਪਾਕਿਸਤਾਨ 'ਚ ਕਿੰਨੀਆਂ ਫਿਲਮਾਂ ਹੋਈਆਂ ਨੇ। ਲਓ ਫਿਰ ਚੈਨਲ 'ਤੇ ਨਵੇਂ ਹੋ, ਸਬਸਕ੍ਰਾਈਬ ਨਹੀਂ ਕੀਤਾ ਤਾਂ ਕਰ ਲਓ, ਤਾਂ ਕਿ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਤੁਹਾਡੇ ਸਾਹਮਣੇ ਅਸੀਂ ਲਿਆਉਂਦੇ ਰਹੀਏ। ਸੋਹਣਿਓ, ਇਹ ਬਲੈਕ ਐਂਡ ਵਾਈਟ ਫਿਲਮ ਹੈ ਪਾਕਿਸਤਾਨ ਦੀ, ਤਾਂ 1963 ਵਿੱਚ ਰਿਲੀਜ਼ ਹੁੰਦੀ। ਫਿਲਮ ਦਾ ਨਾਮ ਮੌਜ ਮੇਲਾ। ਸਮਝ ਆਈ ਕਿ ਨਹੀਂ ਹੈ? ਜਿਨ੍ਹਾਂ ਨੇ ਵੇਖੀ ਉਹਨਾਂ ਨੂੰ ਤਾਂ ਪਤਾ ਹੈ ਨਾ ਕਿ ਕੈਸੀ ਕਹਾਣੀ ਹੈ ਇਸ ਫਿਲਮ ਦੀ। ਜਿਨ੍ਹਾਂ ਨੇ ਵੀ ਵੇਖੀ, ਨਵੀਂ ਨਸਲ ਨੂੰ ਦੱਸਣਾ ਇਹੋ ਜਿਹੀਆਂ ਚੀਜ਼ਾਂ ਦੱਸਣੀਆਂ ਬੜੀਆਂ ਜ਼ਰੂਰੀ ਨੇ, ਇਹਨਾਂ ਨੂੰ ਪਤਾ ਲੱਗੇ ਕਿ ਪਾਕਿਸਤਾਨ ਦੀਆਂ ਫਿਲਮਾਂ ਕਿਸ ਤਰ੍ਹਾਂ ਦੀਆਂ ਹੋਈਆਂ ਨੇ। ਹਾਂਜੀ, ਐਸੀ ਕਹਾਣੀ ਅਗਰ ਤੁਸੀਂ ਇਸ ਵੀਡੀਓ ਤੋਂ ਬਾਅਦ ਕੋਸ਼ਿਸ਼ ਕਰਿਓ ਕਿ ਇਸ ਫਿਲਮ ਨੂੰ ਅਸੀਂ ਇੱਕ ਵਾਰੀ ਵੇਖ ਲਈਏ, ਤੁਹਾਨੂੰ ਪਤਾ ਲੱਗੇ ਯਾਰ ਕਿ ਕੈਸੇ ਫਨਕਾਰ ਅਤੇ ਕੈਸੇ ਲਿਖਣ ਵਾਲੇ, ਬਣਾਉਣ ਵਾਲੇ ਬੰਦੇ ਹੋ ਗਏ। ਉਹ ਅਜ਼ੀਮ ਬੰਦੇ ਹੋਏ ਜਿਨ੍ਹਾਂ ਨੇ ਅਜ਼ੀਮ ਸ਼ਾਹਕਾਰ ਤਖਲੀਕ ਕੀਤੇ। ਇਸ ਫਿਲਮ ਦੇ ਵਿੱਚ ਹੀਰੋ ਹੁੰਦੇ ਨੇ ਹਬੀਬ ਸਾਹਿਬ, ਉਹਨਾਂ ਦੇ ਨਾਲ ਹੀਰੋਇਨ ਨੀਲੋ ਬੇਗਮ, ਫਿਰ ਇਹਦੇ ਵਿੱਚ ਮਜ਼ਹਰ ਸ਼ਾਹ ਨੇ ਵਿਲਨ ਦਾ ਰੋਲ ਕੀਤਾ ਹੈ, ਅਤੇ ਉਹਨਾਂ ਦੇ ਨਾਲ ਜਿਹੜੀ ਹੀਰੋਇਨ ਹੁੰਦੀ ਹੈ ਉਹ ਰਾਨੀ ਬੇਗਮ ਹੁੰਦੀ ਹੈ। ਹੁਣ ਮਜ਼ਹਰ ਸ਼ਾਹ, ਸੁਭਾਨ ਅੱਲਾਹ, ਐਸਾ ਵਿਲਨ ਵੀ ਦੁਨੀਆ 'ਤੇ ਨਹੀਂ ਪਾਇਆ ਗਿਆ। ਮੇਰਾ ਫੇਵਰੇਟ ਤਰੀਨ ਪੁਰਾਣੇ ਵਿਲਨਾਂ ਵਿੱਚੋਂ ਉਹ ਬੰਦਾ ਵਿਲਨ, ਉਹਦਾ ਨਾਂ ਹੁੰਦਾ ਇਹਦੇ ਵਿੱਚ ਕਾਲੂ ਜੱਟ। ਹੈਂਜੀ, ਕਾਲੂ ਜੱਟ ਜਿਹੜਾ ਹੁੰਦਾ ਨਾ, ਇੱਕ ਵਿਗੜਿਆ ਹੁੰਦਾ ਹੈ, ਅਤੇ ਮਾਂ ਇਹਦੀ ਉਨੀ ਨੇਕ ਹੁੰਦੀ ਹੈ, ਚੰਗੀ ਹੁੰਦੀ ਹੈ, ਸਲਮਾ ਮੁਮਤਾਜ਼। ਹੁਣ ਇਹ ਪਿੰਡ ਦੀ ਇਹ ਕੁੜੀ ਹੁੰਦੀ ਹੈ ਰਾਣੋ, ਯਾਨੀ ਕਿ ਅਦਾਕਾਰਾ ਰਾਣੀ ਦਾ ਨਾਂ, ਫਿਲਮ ਦੇ ਵਿੱਚ ਨਾਂ ਹੈ ਰਾਣੋ, ਇਹਦਾ ਕਾਲੂ ਜੱਟ। ਇਹ ਉਹਦੇ ਨਾਲ ਸ਼ਾਦੀ ਕਰਨਾ ਚਾਹੁੰਦਾ, ਉਹਦੀ ਮੰਗ ਵੀ ਇਹਦੀ ਹੁੰਦੀ ਹੈ, ਲੇਕਿਨ ਉਹ ਕਿਉਂਕਿ ਵਿਗੜਿਆ ਹੁੰਦਾ, ਭੈੜਾ ਹੁੰਦਾ। ਹੁਣ ਪਿੰਡ 'ਚ ਤਾਂ ਲੋਕ ਚੌਧਰੀ ਕਹਿੰਦੇ ਨੇ, ਲੇਕਿਨ ਭੈੜਾ ਬੰਦਾ ਹੁੰਦਾ, ਭੈੜਾ ਡੇਰੇਦਾਰ, ਜਿਹੜੀਆਂ ਸਾਰੀਆਂ ਦੁਨੀਆ ਦੀਆਂ ਭੈੜੀਆਂ ਹਰਕਤਾਂ ਇਸ ਬੰਦੇ 'ਚ ਹੁੰਦੀਆਂ ਨੇ, ਕੋਈ ਚੱਜ ਦਾ ਕੰਮ ਨਹੀਂ ਹੁੰਦਾ। ਮਗਰ ਇਹ ਆਉਂਦਾ ਮੈਂ ਧੱਕੇ ਨਾਲ ਰਾਣੋ ਨਾਲ ਵਿਆਹ ਕਰਨਾ। ਹੁਣ ਨੀਲੋ ਦੀ ਭੈਣ ਹੁੰਦੀ ਹੈ, ਇੱਕ ਦਿਨ ਕੀ ਹੁੰਦਾ ਹੈ ਕਿ ਰਾਣੀ ਜਿਹੜੀ ਹੈ ਨਾ, ਉਹ ਆਪਣੇ ਪਿਓ ਵਾਸਤੇ ਖੇਤਾਂ ਵਿੱਚ ਰੋਟੀ ਲੈ ਕੇ ਵੀ ਜਾਂਦੀ। ਇਹ ਰਾਹ ਵਿੱਚ ਉਹਦਾ ਰਾਹ ਡੱਕ ਲੈਂਦਾ, ਉਹਨੂੰ ਜਨਾਬ ਵਾਲੀ ਇਸ ਤਰ੍ਹਾਂ ਹੱਥ ਪਾ ਕੇ ਜੱਫੀ ਪਾ ਲੈਂਦਾ, ਪਿਓ ਉਹਦਾ ਵੇਖ ਲੈਂਦਾ। ਉਹ ਆਉਂਦਾ ਜੇ ਕੰਜਰਾ, ਜੇ ਤਾਂ ਤੇਰਾ ਵਿਆਹ ਨਹੀਂ ਹੋਇਆ, ਅਸੀਂ ਤਾਂ ਸਿਰਫ ਮੰਗ ਹੀ ਹੋਣਗੇ, ਜੋ ਵੀ ਇਹ ਮੰਗ ਤਾਂ ਮੇਰੀ ਹੈ ਨਾ। ਡਾਇਲਾਗ ਤੁਹਾਨੂੰ ਪਤਾ, ਫਿਰ ਉਹ ਤਾਂ ਕਮਾਲ, ਉਹ ਬਾਂਹ ਮਾਰ ਕੇ ਧੱਕਾ ਮਾਰ ਕੇ ਬਾਬੇ ਨੂੰ ਪਰਾਂ ਸੁੱਟਦਾ। ਉਹ ਆਉਂਦਾ ਤੇਰੀ ਲਾਸ਼ ਨੂੰ ਵੀ ਮੱਛੀਆਂ ਹੀ ਖਾਣਗੀਆਂ, ਐਂ ਮਸ਼ਹੂਰ ਡਾਇਲਾਗ ਹੈ ਇਹਦਾ। ਖੈਰ, ਇਸ ਗੱਲ ਦੀ ਜਦੋਂ ਉਹਦੀ ਮਾਂ ਤਾਂ ਖਬਰ ਪੜਦੀ, ਖਬਰ ਕੀ, ਬਲਕਿ ਇਹ ਰਾਣੀ ਦਾ ਪਿਓ ਹੀ ਉਹਦੇ ਤੱਕ ਉਹਦੀ ਮਾਂ ਨੂੰ ਜਾ ਕੇ ਦੱਸਦਾ ਕਿ ਭੈਣ ਵੇਖ ਲਾ ਤੇਰੇ ਪੁੱਤਰ ਨੇ ਕਿਹੜਾ ਕੰਮ ਕੀਤਾ, ਸਾਨੂੰ ਬੰਦਾ ਜਲੀਲ ਕਰ ਛੱਡਣ ਲੱਗਾ, ਤੇ ਜਾਂ ਤੇ ਇਹਦਾ ਵਿਆਹ ਕਰ ਛੱਡੀਏ, ਹੋ ਸਕਦਾ ਬਦਲ ਜੇ। ਉਹ ਅੱਗੋਂ ਆਉਂਦੀ ਹੈ, ਜਿਹੜੇ ਉੱਥੇ ਡਾਇਲਾਗ ਬੋਲਦੀ ਹੈ ਨਾ, ਰੱਬ ਦੀ ਸੋਚ ਜਾਣ ਕੱਢਦੇ ਨੇ ਡਾਇਲਾਗ। ਇੱਕ ਦੁਖਿਆਰੀ ਮਾਂ ਕਿ ਜਦੋਂ ਸਾਰੀ ਉਮਰ ਮਾਵਾਂ ਇਹਨਾਂ ਬੱਚਿਆਂ ਨੂੰ ਪਾਲਦੀਆਂ ਨੇ, ਹੈਂ, ਇਸ ਆਸ ਉਮੀਦ 'ਤੇ ਕਿ ਵੱਡੇ ਹੋਣਗੇ ਅਤੇ ਸਮਝੋ ਕਿ ਸਾਡਾ ਨਾਂ ਉੱਚਾ ਕਰਨਗੇ, ਲੇਕਿਨ ਇਹੋ ਜਿਹੇ ਭੈੜੇ ਬੰਦੇ ਜਦੋਂ ਨਾਂ ਖਰਾਬ ਕਰਦੇ ਨੇ ਪਿੰਡਾਂ 'ਚ, ਮੁਹੱਲਿਆਂ 'ਚ ਜਦੋਂ ਲਾਂਭੇ ਆਉਂਦੇ ਨੇ, ਉਸ ਵੇਲੇ ਉਹਨਾਂ ਬੁੱਢੇ ਵਾਲਦਿਆਂ 'ਤੇ ਕੀ ਗੁਜ਼ਰਦੀ ਹੈ, ਇਹ ਸਿਰਫ ਉਹਨਾਂ ਮਾਪਿਆਂ ਨੂੰ ਪਤਾ ਹੁੰਦਾ। ਕੀ ਡਾਇਲੋਗ ਬੋਲਦੀ ਹੈ ਆ, ਸੁਣੋ ਜ਼ਰਾ।
ਪੁੱਤਰ ਜੰਮਦੇ ਨੇ ਤੇ ਮਾਵਾਂ ਨੂੰ ਆਸਾਂ ਲੱਗ ਜਾਂਦੀਆਂ ਨੇ ਤੇ ਉਹਨਾਂ ਦੇ ਜਵਾਨ ਹੋਣ ਤੱਕ ਇੱਕ ਇੱਕ ਦਿਨ ਗਿਣ ਕੇ ਕੱਢਦੀਆਂ ਨੇ ਤੇ ਜਦ ਉਹ ਜਵਾਨ ਹੋ ਕੇ ਕਾਲੂ ਵਾਂਗੂ ਲਾਮੇ ਲਿਆਉਣ ਲੱਗ ਪੈਂਦੇ ਨੇ ਅੜਿਆ ਤੇ ਫਿਰ ਤੂੰ ਦੱਸ ਹਾਂ ਮੇਰੇ ਜੀਆਂ ਮਾਵਾਂ ਦਾ ਦਿਲ ਕੀ ਕਹਿੰਦਾ ਹੋਵੇਗਾ। ਜੀ ਸੋਹਣਿਓ, ਆਇਆ ਨਾ ਸਵਾਦ? ਸਵਾਦ ਕੀ, ਬਲਕਿ ਬੰਦੇ ਦੇ ਅੰਦਰ ਅਗਰ ਗੈਰਤ ਜ਼ਿੰਦਾ ਹੈ ਨਾ ਤੇ ਯਕੀਨ ਮੰਨੋ ਬੰਦਾ। ਅਸਲ ਵਿੱਚ ਇਹ ਡਾਇਲੋਗ ਤੁਹਾਨੂੰ ਦੱਸਣ ਦਾ ਮਕਸਦ ਕੀ ਹੁੰਦਾ, ਸਮਝਾਉਣਾ ਹੁੰਦਾ। ਸ਼ਾਇਦ ਕੋਈ ਇਸ ਰਾਹ ਤੇ ਅਗਰ ਕੋਈ ਬੰਦਾ ਚੱਲ ਰਿਹਾ ਤਾਂ ਅਗਰ ਵੇਖ ਲਵੇ ਤੇ ਉਹਨੂੰ ਖਿਆਲ ਆ ਜੇ ਕਿ ਉਹਦੇ ਵਾਲਦਿਆਂ ਦੀਆਂ ਵੀ ਇਹੋ ਜਿਹੜੀਆਂ ਉਮੀਦਾਂ ਆਸਾਂ ਹੁੰਦੀਆਂ ਜਿਹੜੀਆਂ ਉਹ ਇਹਨਾਂ ਤੇ ਲਾਈ ਖਲੋਤੇ ਹੁੰਦੇ ਨੇ, ਪਰ ਇਹਨਾਂ ਨੂੰ ਪਰਵਾਹ ਨਹੀਂ ਹੁੰਦੀ। ਇਹ ਫਿਲਮ ਵੇਖੋ, ਤੁਹਾਨੂੰ ਪਤਾ ਲੱਗੇ ਕਿ ਸਲਮਾਨ ਖਾਲੀ ਇਹ ਹੀ ਡਾਇਲੋਗ ਨਹੀਂ, ਬੜੇ ਬੜੇ ਕਮਾਲ ਉਹਨਾਂ ਡਾਇਲੋਗ ਬੋਲੇ ਨੇ ਪੂਰੀ ਫਿਲਮ ਦੇ ਵਿੱਚ। ਇੱਕ ਚੀਜ਼ ਦੀ ਜਿਹੜੀ ਮੈਨੂੰ ਬਹੁਤ ਜ਼ਿਆਦਾ ਮਜ਼ਾ ਆਇਆ ਤੇ ਮੈਂ ਸਲਾਮ ਪੇਸ਼ ਕਰਦਾ ਜਿਨ੍ਹਾਂ ਲੋਕਾਂ ਨੇ ਇਸ ਫਿਲਮ ਨੂੰ ਲਿਖਿਆ, ਬਣਾਇਆ, ਪੈਸਾ ਲਾਇਆ, ਸਾਰਾ ਕੁਝ ਕੀਤਾ। ਪੁਰਾਣੀਆਂ ਫਿਲਮਾਂ 'ਚ ਇੰਨਾ ਇਹਤਿਆਤ ਕੀਤੀ ਜਾਂਦੀ ਸੀ ਕਿ ਮਾਵਾਂ ਦੇ ਬੱਚਿਆਂ ਨੂੰ ਬੇਅਦਬ ਨਹੀਂ ਵਿਖਾਉਣਾ, ਗੁਸਤਾਖ ਨਹੀਂ ਵਿਖਾਉਣਾ, ਯਾਨੀ ਕਿ ਮਾਵਾਂ 'ਤੇ ਜ਼ੁਲਮ ਕਰਦਿਆਂ ਪਿਓਵਾਂ 'ਤੇ ਜ਼ੁਲਮ ਕਰਦਿਆਂ ਨਹੀਂ ਵਿਖਾਉਣਾ। ਹੁਣ ਇਸ ਫਿਲਮ ਦੇ ਵਿੱਚ ਵਿਖਾਇਆ ਗਿਆ ਕਿ ਕਾਲੂ ਜੱਟ ਭਾਵੇਂ ਭੈੜਾ ਹੈ, ਉਹ ਬਦਮਾਸ਼ ਟਾਈਪ ਮੁੰਡਾ, ਲੇਕਿਨ ਇੱਕ ਜਗ੍ਹਾ 'ਤੇ ਜਿੱਥੇ ਉਹ ਵਿਆਹ ਹੋਣ ਲੱਗਦਾ ਤੇ ਜੰਝ ਆਉਣ ਲੱਗਦੀ ਹੈ, ਹਾਂਜੀ, ਤੇ ਇੱਥੇ ਵੀ ਆ ਜਾਂਦਾ ਤੋਂ ਮਾਰਨ ਲੱਗਦਾ ਤੇ ਇੰਨੀ ਦੇਰ ਨੂੰ ਅੰਦਰੋਂ ਜਿਹੜੀ ਹੈ ਨਾ ਉਹਦੀ ਮਾਂ ਨਿਕਲ ਆਉਂਦੀ ਹੈ, ਸਲਮਾ ਮੁਮਤਾਜ਼। ਉਹ ਫਿਰ ਉਹਦੇ ਕੋਲ ਗੰਨ ਖੋ ਲੈਂਦੀ ਹੈ, ਬੰਦੂਕ, ਉਹਦੇ ਮੂੰਹ 'ਤੇ ਚਪੇੜਾਂ ਮਾਰਦੀ ਹੈ, ਪਰ ਉੱਥੇ ਉਹ ਬਿਲਕੁਲ ਸਾਕਤ ਹੋ ਜਾਂਦਾ, ਬੁੱਤ ਬਣ ਕੇ ਖਲੋਤਾ ਰਹਿੰਦਾ, ਯਾਨੀ ਕਿ ਮਾਂ ਦੇ ਇੱਕ ਲਫ਼ਜ਼ ਵੀ ਨਹੀਂ ਬੋਲਦਾ, ਬੇਅਦਬੀ ਗੁਸਤਾਖੀ ਨਹੀਂ ਕਰਦਾ। ਇਹ ਬਹੁਤ ਵੱਡਾ ਇੱਕ ਮੈਸੇਜ ਦਿੱਤਾ ਜਾਂਦਾ ਸੀ ਪੁਰਾਣੀਆਂ ਫਿਲਮਾਂ 'ਚ ਕਿ ਮਾਵਾਂ 'ਤੇ ਬੇਅਦਬ ਨਹੀਂ ਸੀ ਵਿਖਾਇਆ ਜਾਂਦਾ, ਤਾਂ ਕਿ ਨਵੀਂ ਨਸਲ ਵੇਖ ਕੇ ਤੇ ਬੇਅਦਬੀ ਨਾ ਕਰੇ, ਉਹਨਾਂ ਨੂੰ ਪਤਾ ਲੱਗੇ ਕਿ ਪੁੱਤਰ ਭੈੜਾ ਵੀ ਹੋਏਗਾ ਤੇ ਮਾਂ ਦੇ ਸਾਹਮਣੇ ਸਿਰ ਨਹੀਂ ਚੁੱਕਣਾ ਉਹਨੇ, ਉਹਦੀ ਗੁਸਤਾਖੀ ਬੇਅਦਬੀ ਨਹੀਂ ਕਰਨੀ। ਕਿੱਡਾ ਵੱਡਾ ਮੈਸੇਜ ਦਿੱਤਾ ਜਾਂਦਾ ਸੀ। ਇਸ ਤੋਂ ਵੱਡੀ ਗੱਲ ਕਿਹੜੀ ਸੀ ਸੋਹਣੀ, ਉਹ ਪਾਕਿਸਤਾਨ ਦੀਆਂ ਸਾਡੀਆਂ ਪੁਰਾਣੀਆਂ ਫਿਲਮਾਂ 'ਚ। ਮੈਂ ਐਵੇਂ ਨਹੀਂ ਕਹਿੰਦਾ ਤੁਹਾਨੂੰ ਤੁਹਾਡੇ ਸਾਹਮਣੇ ਪੁਰਾਣੀਆਂ ਚੀਜ਼ਾਂ ਲਿਆਉਂਦਾ ਰਹਿੰਦਾ ਯਾਰ, ਅਸਲ ਕੰਮ ਹੀ ਉਹ ਸੀ। ਬਾਅਦ ਉਹ ਆ ਕੇ ਤਾਂ ਤੁਹਾਨੂੰ ਪਤਾ ਫਹਾਸ਼ੀ ਉਰਿਆਨੀ ਦਾ ਉਹ ਤੂਫਾਨ ਹੈ, ਬਦਤਮੀਜ਼ੀ ਹੈ ਜਿਹੜਾ ਅਜੇ ਤੱਕ ਵੀ ਉਹ ਖਲੋਂਦਾ ਨਹੀਂ ਪਿਆ, ਲੇਕਿਨ ਅਸਲ ਕੰਮ ਉਹ ਹੀ ਸੀ। ਅਸਲ ਲੋਕ ਵੀ ਤੁਰ ਗਏ, ਕੰਮ ਕਰਨ ਵਾਲੇ ਵੀ ਤੁਰ ਗਏ, ਸਾਰਾ ਕੁਝ ਖਤਮ ਹੋ ਗਿਆ। ਲੇਕਿਨ ਜਿਵੇਂ ਮਜ਼ਹਰ ਸ਼ਾਹ ਫਿਲਮਾਂ 'ਚ ਭੈੜਾ ਬੰਦਾ ਸੀ ਨਾ, ਫਿਲਮਾਂ ਤੋਂ ਇਲਾਵਾ ਆਪਣੀ ਅਸਲ ਜ਼ਿੰਦਗੀ ਵਿੱਚ ਉਹਨਾਂ ਹੀ ਮਾਂ ਦਾ ਅਦਬ ਕਰਨ ਵਾਲਾ ਸੀ। ਯਕੀਨ ਮੰਨੋ ਇਸ ਬੰਦੇ ਦੇ ਬਾਰੇ ਮਸ਼ਹੂਰ ਹੈ ਕਿ ਆਪਣੀ ਵਾਲਦਾ ਦੇ ਜਿਹੜੇ ਜੋੜੇ ਸੀ, ਜੁੱਤੀਆਂ ਸੀ ਨਾ, ਡੇਲੀ ਉਹਨਾਂ ਨੂੰ ਚੁੰਮ ਕੇ ਅੱਖਾਂ ਦੇ ਨਾਲ ਲਾ ਕੇ ਤੇ ਕੰਮ ਤੇ ਜਾਂਦਾ ਹੁੰਦਾ ਸੀ। ਜਦੋਂ ਫੌਤ ਹੋ, ਪਹਿਲੇ ਵੀ ਬੜਾ ਅਦਬ ਕਰਦਾ ਰਿਹਾ, ਤੇ ਉਹਨੇ ਇਸ ਵਸੀਅਤ ਸੀ ਆਪਣੇ ਬੱਚਿਆਂ ਨੂੰ ਕਿ ਜਦੋਂ ਮੈਂ ਫੌਤ ਹੋਵਾਂ ਤੇ ਮੇਰੀ ਮਾਂ ਦੀਆਂ ਜੁੱਤੀਆਂ ਮੇਰੇ ਸਿਰਹਾਣੇ ਮੇਰੇ ਸਿਰ ਥੱਲੇ ਰੱਖ ਕੇ ਮੈਨੂੰ ਦਫਨਾਇਆ ਜਾਏ। ਇਸ ਤਰ੍ਹਾਂ ਕੀਤਾ ਗਿਆ, ਏਡਾ ਅਦਬ ਕਰਨ ਵਾਲਾ ਸੀ। ਇਸ ਤਰ੍ਹਾਂ ਦੇ ਲੋਕ ਹੋਏ ਨੇ ਤੁਹਾਡੇ ਫਨਕਾਰ ਅਸਲ ਜ਼ਿੰਦਗੀ ਵਿੱਚ ਵੀ ਸੋਹਣੇ, ਐਵੇਂ ਨਹੀਂ ਦੁਨੀਆ 'ਚ ਉਹਨਾਂ ਨੂੰ ਸਲਾਮ ਕਰਦੀ, ਰੱਬ ਸਲਾਮਾਂ ਕਰਵਾਉਂਦਾ ਨਾ, ਰੱਬ ਨੇ ਗੁਣ ਰੱਖੇ ਸੀ ਉਹਨਾਂ ਦੇ ਵਿੱਚ। ਤੇ ਜਿਹੜਾ ਚੰਗਾ ਕੰਮ ਕਰ ਜਾਂਦਾ ਦੁਨੀਆ ਉਹਨੂੰ ਚੇਤੇ ਰੱਖਦੀ ਹੈ, ਯਾਦ ਕਰਦੀ, ਸਲਾਮੀਆਂ ਦਿੰਦੀ ਹੈ ਨਾ, ਤੇ ਭੈੜੇ ਬੰਦੇ ਨੂੰ ਤਾਂ ਲੋਕੀ ਨਾਲ ਗਾਲ ਕੱਢ ਕੇ ਯਾਦ ਕਰਦੇ, ਅਬਲ ਤੇ ਉਹਨਾਂ ਨੇ ਦਫਾ ਕਰ ਚੰਗਾ ਹੋਇਆ ਮਰ ਗਿਆ ਜਾਣ ਚੁੱਕੀ। ਇਹ ਫਿਲਮ ਵੇਖੋ, ਤੁਹਾਨੂੰ ਪਤਾ ਲੱਗੇ ਕਿ ਪਾਕਿਸਤਾਨ ਦੀਆਂ ਕੈਸੀਆਂ ਆਲਾ ਫਿਲਮਾਂ ਹੋਈਆਂ, ਸ਼ਾਹਕਾਰ ਬਣਾ ਗਏ ਨੇ ਲੋਕ। ਬਸ ਅੱਜ ਦੀਆਂ ਵੀ ਕਦੀ ਇਸ ਤਰ੍ਹਾਂ ਦੀਆਂ ਫਿਲਮਾਂ ਬਣਨ ਲੱਗ ਪੈਣ ਨਵੇਂ ਦੌਰ 'ਚ, ਜਿਵੇਂ ਚੜ੍ਹਦੇ ਪੰਜਾਬ 'ਚ ਤੁਸੀਂ ਵੇਖਦੇ ਹੋ ਕਿ ਪੰਜਾਬ ਦਾ ਕਿਵੇਂ ਅਸਲ ਕਲਚਰ ਵਿਖਾਇਆ ਜਾਂਦਾ, ਸਾਫ਼ ਸੁਥਰੇ ਕੱਪੜੇ ਪੂਰੇ ਪੂਰੇ ਕੁੜੀਆਂ ਨੇ ਖੁੱਲ੍ਹੇ ਪਾਏ ਹੁੰਦੇ ਨੇ, ਇਸ ਤਰ੍ਹਾਂ ਦੀਆਂ ਚੀਜ਼ਾਂ ਪੁਰਾਣੇ ਦੌਰ 'ਚ ਤਾਂ ਹੀ ਤਾਂ ਵੇਖਦੇ ਹੋ, ਕੁੜੀਆਂ ਨੇ ਮੁੰਡਿਆਂ ਨੇ ਖੁੱਲ੍ਹੇ ਖੁੱਲ੍ਹੇ ਲਿਬਾਸ ਹੁੰਦੇ ਸਨ, ਸੋਹਣੇ ਲੱਗਦੇ ਸੀ। ਅੱਜ ਵੀ ਇਸ ਤਰ੍ਹਾਂ ਅਸਲ ਮਾਹੌਲ 'ਤੇ ਫਿਲਮਾਂ ਬਣਨ ਤਾਂ ਦੁਨੀਆ ਜ਼ਰੂਰ ਵੇਖੇ, ਗੰਦ ਮੰਦ ਤੋਂ ਲੋਕ ਅੱਕੇ ਪਏ ਨੇ।
ਲਓ ਜੀ, ਜਿਹੜੇ ਟੁਰ ਗਏ ਨੇ ਦੁਨੀਆਂ ਤੋਂ, ਅੱਲਾ ਪਾਕ ਉਹਨਾਂ ਦੀ ਅੱਗੇ ਦੀਆਂ ਖੈਰਾਂ ਕਰੇ, ਭਲਾ ਕਰੇ, ਤੇ ਜਿਹੜੇ ਹੈ ਨੇ ਅੱਲਾ ਪਾਕ ਸਾਨੂੰ ਸਭ ਨੂੰ ਸਿੱਧੇ ਰਸਤੇ ਤੇ ਚਲਾਏ। ਜਿਉਂਦੇ ਵਾਸਤੇ ਰਹੋ, ਅੱਲਾ ਤੁਹਾਨੂੰ ਸਲਾਮਤ ਰੱਖੇ ਜੀ, ਅੱਲਾ ਬੇਲੀ।